ਜੀ ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ? ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ 'ਤੇ ਸਾਗਰ ਜੀ ਬਲੌਗਸ। ਹੁਣੇ ਮੈਂ ਗਾਣਾ ਵਜੇ ਤੁਹਾਨੂੰ ਪਾਇਆ ਪੱਗਾਂ ਟੇਡੀਆਂ ਦਾ, ਜਿਹੜਾ ਭਾਈ ਆਡੀਓ ਆਪਣੇ ਪਾਇਆ ਹਿੰਮਤ ਸੰਧੂ ਆਪਣੇ ਓਫਿਸ਼ੀਅਲ ਚੈਨਲ 'ਤੇ। ਬਟ ਵਾਈਟ ਹਿਲ ਮਿਊਜ਼ਿਕ ਤੋਂ ਮੈਂ ਦੱਸਿਆ ਕਿ ਇਹਨੇ ਸਾਰਾ ਮਿਕਸਿੰਗ ਐਂਡ ਮਾਸਟਰਿੰਗ ਐਂਡ ਵੀਡੀਓ ਐਡੀਟਿੰਗ ਕਰਾਈ ਆ ਵਾਈਟ ਹਿਲ ਮਿਊਜ਼ਿਕ ਵਾਲੇ ਨੇ। ਹੁਣੇ ਇੱਕ ਘੰਟਾ ਹੋਇਆ ਭਾਈ ਨੂੰ ਇਹ ਗਾਣੇ ਨੂੰ, ਬਟ ਮੈਂ ਥੋੜ੍ਹੀ ਲੇਟ ਹੋ ਗਿਆ ਸੀ, ਸ਼ੈਡਿਊਲ ਬਿਜ਼ੀ ਸੀਗਾ, ਅਤੇ ਇਸ ਕਰਕੇ ਵੀਡੀਓ ਦਾ ਤੁਹਾਨੂੰ ਮੈਂ ਦਿਖਾਉਣਾ ਦਰਸ਼ਨ। ਗਾਣਾ ਸਭ ਤੋਂ ਬੈਸਟ ਪਾਰਟ ਸੁਣੋ, ਵੀਡੀਓ ਦੇਖੋ ਤੁਸੀਂ। ਕਿਸੇ ਹੋਰ ਨੇ ਕੀ ਬਣਨਾ ਹੈ ਸਾਡੇ ਵਰਗਾ ਬਜਟ ਵਰਗੀ ਲਾਈਫ ਨਹੀਂ, ਉਹਨਾਂ ਵਿੱਚ ਸੋਹਣੀਆਂ ਨਹੀਂ ਹੁੰਦੇ ਆ ਜਿਹੜੇ ਗਨ ਰੱਖਦੇ ਲਾਈਫ ਨਹੀਂ, ਗਨ ਜਿਹਦੀ ਹੁੰਦੀ ਵਾਈਫ ਨਹੀਂ। ਮੁੰਡੇ ਸਿੱਧੇ ਆ ਵੀ ਜੱਟਾਂ ਦੇ ਵੀ ਉੱਤੋਂ ਹੈਗੀਆਂ ਵੀ ਹੁਣ ਪੱਗਾਂ ਟੇਡੀਆਂ। ਤਾਂ ਦੋਸਤੋ ਦੇਖੋ ਇਸ ਗਾਣੇ ਵਿੱਚ ਕੀ ਕਿਹਾ ਜਾ ਰਿਹਾ ਕਿ ਮੁੰਡੇ ਅਸੀਂ ਸਿੱਧੇ ਹਾਂ ਬਟ ਪੱਗਾਂ ਟੇਡੀਆਂ ਹਾਂ। ਬਟ ਇਹ ਗਾਣੇ ਦਾ ਸਭ ਤੋਂ ਬੈਸਟ ਪਾਰਟ ਇਹੀ ਆ ਕਿ ਜੱਟਾਂ ਦੀ ਲਾਈਫ, ਜੱਟ ਵਰਗਾ ਜਿਗਰਾ ਕਿਸੇ ਕੋਲ ਨਹੀਂ ਹੁੰਦਾ, ਅਤੇ ਜੱਟ ਜੋ ਹੈਗੇ ਨੇ ਉਹ ਜੱਟ ਹੀ ਹੈਗੇ ਨੇ, ਕਿਉਂਕਿ ਕਿਸਾਨ ਹੈਗੇ ਨੇ। ਮੰਨ ਲਓ ਮੀਂਹ ਪੈ ਗਿਆ ਜਾਂ ਕੁਛ ਵੀ ਪੈ ਗਿਆ, ਜਾਂ ਮੰਨ ਲਓ ਆਤਮ ਹੱਤਿਆ ਵੀ ਕਰਦੇ ਆ, ਤੁਹਾਨੂੰ ਪਤਾ ਕਿੰਨਾ ਦੁੱਖ ਸਹਿੰਦੇ ਆ। ਇਸ ਕਰਕੇ ਜੱਟ ਲਾਈਫ ਭਾਈ ਨੇ ਅੰਮ੍ਰਿਤਸਰ ਦੇ ਵਿੱਚ PV02 ਦੇਖੋ ਜੀਪ ਹੈਗੀ ਆ ਭਾਈ ਦੇ ਯਾਰ ਦੋਸਤ, ਇਹ ਭਾਈ ਦਾ ਦੋਸਤ ਜਿਹੜਾ ਹੈਗਾ ਆ ਕਰਨ ਭਾਈ ਦਾ ਦੋਸਤ ਆ, ਉਹਦੀ ਜੀਪ ਆ, ਉਹਦੀ ਹਵੇਲੀ ਦੇ ਵਿੱਚ ਭਾਈ ਨੇ ਸਾਰੀ ਸ਼ੂਟਿੰਗ ਕੀਤੀ ਆ ਅੰਮ੍ਰਿਤਸਰ ਦੇ ਵਿੱਚ। ਤਾਂ ਵੀਡੀਓ ਇੰਨੀ ਵਧੀਆ, ਮੈਂ ਤੁਹਾਨੂੰ ਤਾਂ ਹੀ ਬਸ ਇੰਨਾ ਕੁ ਟੱਪਾ ਹੀ ਦਿਖਾਉਣਾ ਸੀ, ਕਿਉਂਕਿ ਤੁਹਾਨੂੰ ਗਾਣੇ ਦੀ ਮੈਂ ਆਡੀਓ ਸੁਣਾ ਚੁੱਕਾ ਹਾਂ। ਗਾਣੇ ਦਾ ਬੈਸਟ ਪਾਰਟ ਇਹੀ ਆ ਕਿ ਮੁੰਡੇ ਜੱਟਾਂ ਦੇ ਸਿੱਧੇ ਪੱਗਾਂ ਟੇਡੀਆਂ। ਤਾਂ ਇਸ ਕਰਕੇ ਜਿਹੜੇ ਚੈਨਲ 'ਤੇ ਨਵੇਂ ਆਏ ਨੇ ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਨੂੰ ਔਨ ਕਰ ਲੈਣ, ਇੱਦਾਂ ਤੁਹਾਨੂੰ ਵਧੀਆ ਵਧੀਆ ਅਤੇ ਸਿੱਧਾ ਸੱਚ ਮਿਲਦਾ ਰਹੇਗਾ ਗਾਣਿਆਂ ਬਾਰੇ। ਧੰਨਵਾਦ।